ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਣਾਇਆ ਗਿਆ ਸੁਵਿਧਾ ਕੇਂਦਰ ਅੱਜ ਲੋਕਾਂ ਲਈ ਸਾਬਤ ਹੋ ਰਿਹਾ ਹੈ ਵਰਦਾਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ MLA ਸਵਰਗੀਏ ਪ੍ਰਕਾਸ਼ ਸਿੰਘ ਸੈਣੀ ਹੁਣਾਂ ਦੇ ਸਮੇਂ ਡਿਪਟੀ ਕਮਿਸ਼ਨਰ ਕਿਸ਼ਨ ਕੁਮਾਰ ਜੀ ਦੇ ਨੇਤਰਤਵ ਵਿੱਚ ਬਣਾਇਆ ਗਿਆ ਸੁਵਿਧਾ ਕੇਂਦਰ ਅੱਜ ਜ਼ਿਲ੍ਹਾ ਵਾਸੀਆਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਇੱਥੇ ਕੁਝ ਲੋੜਵੰਦ ਚੀਜ਼ਾਂ ਦੀ ਹਜੇ ਵੀ ਘਾਟ ਹੈ। ਮਸਲਨ ਜੇ ਇੱਥੇ ਬਾਥਰੂਮ ਜਾਂ ਹੋਰ ਸੁਵਿਧਾਵਾਂ ਵਧੀਆ ਹੋ ਜਾਣ ਤਾਂ ਇਹ ਪੰਜਾਬ ਲਈ ਇੱਕ ਮਿਸਾਲ ਬਣ ਜਾਵੇਗਾ। ਇੱਕ ਸਮਾਂ ਸੀ ਜਦ ਲੋਕ ਵਿਦੇਸ਼ਾਂ ਤੋਂ ਇਸ ਸੁਵਿਧਾ ਕੇਂਦਰ ਨੂੰ ਦੇਖਣ ਲਈ ਆਉਂਦੇ ਸੀ, ਪਰ ਅੱਜ ਇਸ ਦੀ ਹਾਲਤ ਪਹਿਲਾਂ ਨਾਲੋਂ ਹੋਰ ਪਤਲੀ ਹੋ ਰਹੀ ਹੈ, ਜਿਸ ਦਾ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ।